ਅੱਜ ਮੈਂ ਤੁਹਾਨੂੰ ਸਬਜ਼ੀਆਂ ਦੇ ਪੌਦਿਆਂ ਦੇ ਨਾਲ ਮੁਤਾਰਫ ਕਰਾਵਾਂਗੀ। ਸ਼ਰੀਕੋ, ਇਹ ਉਹ ਮਿਰਚਾਂ ਨੇ ਜਿਹੜੀਆਂ ਤੁਹਾਨੂੰ ਬੜੀਆਂ ਲੱਗਦੀਆਂ। ਇਹ ਲੰਬਾ ਬੈਂਗਣ ਹੈ, ਧਨੀਆ ਦੇ ਜਿਹੜਾ ਚਟਨੀ ਲਈ ਇਸਤੇਮਾਲ ਹੁੰਦਾ ਹੈ। ਇਹ ਕੀ ਹੈ ਜੀ? ਸਟੀਵੀਆ, ਸ਼ੂਗਰ ਪਲਾਂਟ। ਪਿਆਜ਼ ਅੱਜ ਕੱਲ 150 ਰੁਪਏ ਕਿਲੋ ਮਿਲ ਰਹੇ ਨੇ। वो बाम में कावे में इस्तेमाल होता है। इसको लिप बाम नहीं कहना, ये वो वाली बाम है जो कावे में इस्तेमाल होती है। ना फूलों बारे दसो। सैकला मैन है, फ्लावर ए सैको नहीं नहीं सैकला मैन है। तू अपनी सहेली नु कर ਤੁਹਾਨੂੰ ਚਾਹੀਦੇ ਤੁਹਾਨੂੰ ਦੇ ਦੇਣੇ। ਅੱਛਾ, ਇਹ ਕੀ ਆ? ਇਹ ਗਜ਼ਾਨੀਆ। ਇਹਨੂੰ ਵੈਸੇ ਗੰਡਾ ਕਿਹਾ ਜਾਂਦਾ, ਲੇਕਿਨ ਕੀ ਹੈ ਇਹ? ਇਹਨੂੰ ਬਲਬ ਕਹਿੰਦਾ ਹੈ। ਨਾਜ਼ਰੀਨ ਇਕਰਾਮ, ਵੱਡੀ ਗੱਲ ਜੀ, ਅੱਜ ਤਾਂ ਮੈਂ ਨਰਗਸ ਦਾ ਫੁੱਲ ਵੀ ਲੱਭ ਗਿਆ ਤੇ ਨਰਗਸ ਵੀ ਹੁਣ ਲੱਭ ਹੀ ਜਾਣੀ ਹੈ। ਅਸਲਾਮ ਅਲੈਕੁਮ ਬੋਲਦਾ ਪੰਜਾਬ ਦੇ ਨਾਲ, ਮੈਂ ਤੁਹਾਡੀ ਮੇਜ਼ਬਾਨ ਇਕਰਾ ਲਿਆਕਤ। ਤੇ ਖਾਣ ਪੀਣ ਦਾ ਹਰ ਬੰਦਾ ਸ਼ੌਕ ਰੱਖਦਾ ਹੈ, ਸਬਜ਼ੀਆਂ ਦਾ ਸ਼ੌਕ ਹੁੰਦਾ ਹੈ, ਜ਼ਿਆਦਾ ਲੋਕੀ ਜਿਹੜੇ ਨੇ ਸਬਜ਼ੀਆਂ ਖਾਂਦੇ ਨੇ। ਤੇ ਅੱਜ ਮੈਂ ਤੁਹਾਨੂੰ ਸਬਜ਼ੀਆਂ ਦੇ ਪੌਦਿਆਂ ਦੇ ਨਾਲ ਮੁਤਾਰਫ ਕਰਾਵਾਂਗੀ। ਸਾਰਿਆਂ ਤੋਂ ਪਹਿਲੇ ਤੇ ਮੈਂ ਸ਼ਰੀਕਾਂ ਨੂੰ ਵਿਖਾਣਾ ਹੈ ਜੀ। ਸ਼ਰੀਕੋ, ਇਹ ਉਹ ਮਿਰਚਾਂ ਨੇ ਜਿਹੜੀਆਂ ਤੁਹਾਨੂੰ ਬੜੀਆਂ ਲੱਗਦੀਆਂ। ਇਹਨੂੰ ਹਾਈਬ੍ਰਿਡ ਸਬਜ਼ ਮਿਰਚਾਂ ਕਿਹਾ ਜਾਂਦਾ ਹੈ। ਤੇ ਇਹ ਜੇ ਵੱਧ ਕਿਤੇ ਲੱਗ ਜਾਵੇ ਨਾ ਤੇ ਕੰਮ ਬੜਾ ਖਰਾਬ ਹੋ ਜਾਂਦਾ ਜੀ। ਇਹ ਤਾਂ ਸਲਾਦ ਕੇ ਪੱਤੇ ਹੈ, ਬਾਕੀ ਸਬਜ਼ੀਆਂ ਦੇ ਬਾਰੇ ਚ ਅਸੀਂ ਭੈਣ ਕੋਲੋਂ ਪੁੱਛਦੇ ਹਾਂ ਕਿ ਕਿਹੜੀਆਂ ਕਿਹੜੀਆਂ ਸਬਜ਼ੀਆਂ ਨੇ। ਭੈਣ ਇੱਧਰ ਆਓ ਜੀ, ਜ਼ਰਾ ਤਾਰਫ ਕਰਾਓ ਸਬਜ਼ੀਆਂ ਦਾ, ਕਿਹੜੀ ਸਬਜ਼ੀ ਦਾ ਕੀ ਨਾਂ ਹੈ ਤੇ ਕਿਹੜੇ ਭਾਅ ਵਿਕਦੀ ਹੈ। ਇਹਦਾ ਤਾਂ ਮੈਨੂੰ ਪਤਾ ਲੱਗ ਗਿਆ ਨਾ, ਹਾਈਬ੍ਰਿਡ ਮਿਰਚਾਂ ਨੇ ਜਿਹੜੀਆਂ ਸ਼ਰੀਕਾਂ ਨੂੰ ਲੱਗਦੀਆਂ। ਇਹ ਸਲਾਦ ਦਾ ਪੱਤਾ ਹੈ, ਇਹ ਸਲਾਦ, ਇਹ ਬੰਦ ਗੋਭੀ ਜੀ ਜੀ, ਇਹ ਬੰਦ ਗੋਭੀ ਹੈ। अच्छा, ए बंद गोभी है जी, ये लंबा बैंगन है। ए किन्ने दा बॉक्स दे रहे जी? आ धनिया जे जड़ा चटनी लई इस्तेमाल हुंदा है। ए की है जी? ए स्टीवी है। हैं? स्टीवी है, शुगर प्लांट। जिन्ने शुगर दी कमी होवे वो आ पौधा घर लेके जा सकदा है। अच्छा, और की है जी? ए आगे की है? ऑर्गेनो। ऑर्गेनो की है? ये कावे में इस्तेमाल होता है। अच्छा, ये कावे के पत्ते हैं जी? ये प्याज है। हां, इन्नू ते ओ कहिदा ना की कण कण भैया, जड़े प्याज आजकल 150 रुपए किलो मिल रहे ने। 200 रुपए किलो ने आजकल। 200 रुपए किलो जी? ए वैसे तो ये बी बड़े महंगे जी जी। ये ब्रोकली है। वो क्या होता है सर? ग्रीन गोभी। अच्छा, ग्रीन गोभी जी जी जी, फूल गोभी हुई है ग्रीन। भाई ये इनू फूल वाली गोभी क्या जांदा जी? ओदे आ देखो कितने खूबसूरत पौधे जे निके निके। अच्छा, वो की है? वो बाम में, बाम कावे में इस्तेमाल होता है। इसको लिप बाम नहीं कहना, ये वो वाली बाम है जो कावे में इस्तेमाल होती है। जी जी, एक कावे में इस्तेमाल होती है। ਕਿੱਡਾ ਵਧੀਆ ਨਾਂ ਜੀ। ਇਹ ਭਾਈ ਨੇ ਇੱਥੇ ਮੈਂ ਰੱਖ ਦਵਾਂ, ਇਹਨਾਂ ਕਵਾ ਚੁੱਕ ਕੇ ਲੈ ਗਈ ਮੈਡਮ ਨਾਲ। ਇਹ ਕੀ ਹੈ ਜੀ? ਇਹ ਰੋਜ਼ਮੈਰੀ ਹੈ। ਇਹ ਉਹ ਜੀ ਰੋਜ਼ ਜਿਹਦੇ ਨਾਲ ਮੈਰੀ ਕਰੋ ਤੇ ਰੋਜ਼ਮੈਰੀ ਬਣ ਜਾਂਦਾ ਹੈ ਜੀ ਜੀ। ਇਹ ਵੀ ਕਾਵੇ ਵਿੱਚ ਇਸਤੇਮਾਲ ਹੁੰਦੀ ਹੈ। ਕਿੰਨੇ ਕਿ ਕਿਸਮਾਂ ਦੇ ਕਾਵੇ ਹੁੰਦੇ ਆ? ਕਾਵੇ ਤੇ ਬੜੇ ਕਿਸਮ ਹੈਗੇ ਨੇ ਕਾਵੇ ਦੇ। ਪੁਦੀਨਾ ਵੀ ਹੈਗਾ, ਮਿੰਟ ਹੋਗਾ, ਬਾਕੀ ਉਹ ਨਹੀਂ ਆਪਣੇ ਕੋਲ ਹੈਗਾ। ਤੂੰ ਪੰਜਾਬੀ ਗੱਲ ਕਰ, ਇੰਗਲਿਸ਼ ਮੈਨੂੰ ਆਪਣੀ ਆਉਂਦੀ। ਅੱਛਾ, ਆ ਕੀ ਹੈ ਜੀ? ਇਹ ਬਾਮ ਹੈ। ਇਹ ਵੀ ਬਾਮ ਹੈ? ਇਹ ਵੀ ਕਾਵੇ ਵਿੱਚ ਇਸਤੇਮਾਲ ਹੋਗਾ। ਇਹ ਬੰਮ ਜਾਮਨੂ ਰੰਗ ਦਿਓ ਹਰੇ ਦਾ ਜੀ ਜੀ। ਇਹਦੇ 3-4 ਵੈਰਾਈਟੀਆਂ ਹੋਈਆਂ। ਅੱਛਾ, ਇਹ ਵੱਡੀ ਹੋ ਗਈ ਤਾਂ ਜਾਮਨੂ ਹੋ ਗਈ? ਨਹੀਂ ਨਹੀਂ, ਇਹਨੂੰ ਕੱਟ ਕੇ ਕਾਵੇ 'ਚ ਪਾਣਾ ਹੈ। ਅੱਛਾ, ਕੱਟ ਕੇ ਪਾਈਦਾ? ਮੈਂ ਕਿਹਾ ਘਰੇ ਵੱਡੀ ਹੋ ਗਈ ਤੇ ਤਾਂ ਇਹਦਾ ਰੰਗ ਬਦਲ ਗਿਆ। ਨਹੀਂ ਨਹੀਂ, ਇਹਦਾ ਰੰਗ ਹੀ ਅੰਜ ਦਾ। ਇਹ ਦੇਖੋ ਤੁਸੀਂ ਇਹਨੀ। ਅੱਛਾ ਜੀ, ਇਹ ਕੀ ਹੈ? ਇਹਨਾਂ ਫੁੱਲਾਂ ਬਾਰੇ ਦੱਸੋ। ਇਹ ਸੈਕਲਾ ਮੈਨ ਹੈ, ਫਲਾਵਰ। ਇਹ ਸੈਕੋ? ਨਹੀਂ ਨਹੀਂ, ਸੈਕਲਾ ਮੈਨ ਹੈ। ਸੈਕਲਾ ਮੈਨ? ਅੱਛਾ, ਜਿਹੜਾ ਸੈਕੋ ਮੈਨ ਹੁੰਦਾ ਉਹਨੂੰ ਸੈਕਲਾ ਮੈਨ? ਨਹੀਂ ਨਹੀਂ, ਇਹ ਫੁੱਲ ਦਾ ਨਾਂ ਹੈ ਸੈਕਲਾ ਮੈਨ। ਨਾਜ਼ਰੀਨ ਇਕਰਾਮ, ਸੈਕੋ ਮੈਨ ਨਹੀਂ, ਸੈਕਲਾ ਮੈਨ ਨੂੰ ਇਹ ਮੈਨ ਦੀ ਕਿਸਮ ਹੈ। ਨਹੀਂ ਨਹੀਂ, ਇਸਕਾ ਫਲਾਵਰ ਹੈ, ਇਸਕਾ ਨਾਮ ਹੀ ਹੈ। ਫਲਾਵਰ ਜੀ? ਪੱਕੀ ਗੱਲ ਜੀ? ਹਾਂ ਜੀ। ਇਹ ਤੂੰ ਆਪਣੀ ਸਹੇਲੀ ਨੂੰ ਕਦੇ ਦਿੱਤਾ ਕਿ ਸੈਕਲਾ ਮੈਨ? ਸਾਡੇ ਕੋਈ ਬਣੇ ਨਹੀਂ ਅਭੀ ਤੱਕ ਤੇ ਸਹੇਲੀ ਤਾਂ, ਕਿ ਸਹੇਲੀ ਨੇ ਕਿਤੇ ਦਈਏ। ਇਹਦਾ ਮਤਲਬ ਤੂੰ ਸਹੇਲੀ ਵੀ ਲੱਭਣ ਦਿਆ ਕਿ ਸੈਕਲਾ ਮੈਨ, ਸੈਕਲਾ ਮੈਨ? ਜੇ ਕੋਈ ਲੱਭੇਗੀ ਤਾਂ ਦੇ ਦਾਂਗੇ, ਤੁਹਾਨੂੰ ਚਾਹੀਦੇ ਤੁਹਾਨੂੰ ਦੇ ਦੇਣੇ। ਹਾਏ, ਮੈਨੂੰ ਤਾਂ ਨਹੀਂ ਚਾਹੀਦਾ, ਮੇਰੇ ਆਪਣੇ ਦਾ ਤਾਂ ਫੋਨ ਆ ਰਿਹਾ। ਅੱਛਾ, ਇਹ ਕੀ ਹੈ? ਇਹਦੇ ਬਾਰੇ ਦੱਸ। ਇਹ ਡੈਕਸ ਬਿਗੋਨੀ ਹੈ। ਇਹ ਨਾ ਪ੍ਰੋਗਰਾਮ ਮੇ ਪੰਜਾਬੀ ਕਰਨ ਦੀ ਨਾ ਹੈ। ਅਦਾ ਨਾ ਹੀ ਆਂਦੇ ਹੈਗੇ ਤੇ ਤੁਹਾਨੂੰ ਪੰਜਾਬੀ ਕਿਵੇਂ ਦੱਸ ਦਈਏ? ਲੈਕਸ ਬੋਨੀਆ, ਰੈਕਸ ਬਿਗੋਨੀਆ। ਰੈਕਸ ਬਿਗੋਨੀਆ, ਰੈਕਸ ਨੂੰ ਭਗੋ ਕੇ ਜਿਹੜਾ ਬੰਦਾ ਉਹਨੂੰ ਰੈਕਸ ਬੋਨੀਆ ਕਿਹਾ ਜਾਂਦਾ। ਅੱਛਾ ਜੀ, ਇਹ ਕੀ ਹੈ ਨਿੱਕੇ ਨਿੱਕੇ? ਇਹ ਪੇਸ਼ਨ, ਇਹ ਵੀ ਫਲਾਵਰ ਨੇ। ਅੱਛਾ, ਇਹ ਵੀ ਫਲਾਵਰ ਹੀ ਨੇ ਜੀ? ਜੀ, ਫੁੱਲ ਨੇ। ਇਹ ਫੁੱਲ ਹੀ ਨੇ, ਫਲਾਵਰ ਨੂੰ ਫੁੱਲ ਹੀ ਕਹੀਦਾ। ਫਲਾਵਰ ਨੂੰ ਫੁੱਲ ਕਹੀਦਾ। ਅੱਛਾ, ਜੇ ਤੇਰੀ ਸਹੇਲੀ ਬਣੇ ਤੇ ਤੂੰ ਇਹਨਾਂ ਦੇ ਵਿੱਚ ਕਿਹੜਾ ਫੁੱਲ ਨੂੰ ਕਿਉਂ ਕਹਿੰਦਾ? ਮੈਂ ਇੱਕ ਵੀ ਨਾ ਦਾਂਗਾ, ਫਿਰ ਉਹ ਮਹਿੰਗੀ ਪੈ ਜਾਏਗੀ ਮੈਨੂੰ। ਉਹਨੂੰ ਫਲਾਵਰ ਤੇ ਮੈਂ 150 ਫਲਾਵਰ ਦਾਂ, ਉਹਦੇ ਮੈਂ ਚਾਹ ਨਾ ਪੀਆਂ ਵਾਂ 150 ਦੀ। ਇਹਦਾ ਮਤਲਬ ਤੂੰ ਨਹੀਂ ਚਾਹੁੰਦਾ ਤੇਰਾ ਵਿਆਹ ਹੋਵੇ, ਤੂੰ ਠੰਡ 'ਚ ਇੱਦਾਂ ਹੀ ਮਰੇਗਾ। ਅੱਛਾ, ਇਹ ਗੱਲ ਦੱਸ ਕਿ ਇਹ ਕਿਹੜਾ ਫੁੱਲ ਹੈ? ਸਾਰੇ ਇੱਕੋ ਹੀ ਨੇ? ਹਾਂਜੀ, ਇਹ ਇੱਕ ਹੀ ਨੇ ਸਾਰੇ। ਅੱਛਾ, ਇਹਨਾਂ ਦੇ ਬਾਰੇ, ਇਹ ਤਾਂ ਜ਼ਰਾ ਪਾਲਕ ਸ਼ਾਲਕ ਵਾਲੇ ਪਾਸੇ ਆ ਗਏ ਆਪਾਂ। ਨਹੀਂ, ਇਹ ਪਾਲਕ ਨਹੀਂ ਹੈਗੇ, ਇਹ ਵੀ ਫੁੱਲ ਨੇ। ਅੱਛਾ, ਇਹ ਕਿਹੜਾ ਫੁੱਲ ਹੈ? ਇਹ ਸਰੋਸ਼ੀਆ। ਸਰੋਸ਼ੀਆ, ਕਰੋਸ਼ੀਆ ਦਾ ਵੱਡਾ ਭਰਾ ਸਰੋਸ਼ੀਆ? ਹਾਂਜੀ। ਅੱਛਾ, ਇਹ ਕੀ ਹੈ? ਇਹ ਡੇਜ਼ੀ। ਡੇਜ਼ੀ, ਡੇਸ ਡੇਜ਼ੀ। ਹਾਂਜੀ, ਡੇਜ਼ੀ ਸੇ ਡੇਜ਼ੀ। ਅੱਛਾ, ਇਹ ਕੀ ਹੈ? ਇਹ ਗਜ਼ਾਨੀਆ। ਗਜ਼ਾਨੀਆ, ਨਾਜ਼ਰੀਨ ਇਕਰਾਮ, ਵੈਸੇ ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹਨੀ ਆ, ਤੁਸੀਂ ਇਹਨਾਂ ਫੁੱਲਾਂ ਦਾ ਨਾਂ ਸੁਣੇ ਨੇ ਕਿ? ਮੈਨੂੰ ਤੇ ਇੱਕ ਗੱਲ ਦੱਸ, ਤੂੰ ਇੱਕ ਸਪੀਡ ਦੇ ਵਿੱਚ ਜਰਾ ਫੁੱਲਾਂ ਦੇ ਨਾਂ ਲਿਆ ਕੇ ਦੱਸ ਨਾ ਕਿੰਨੇ ਕਿ ਨਾਂ ਲੈ ਲੈਂਦਾ।
ਨਾ ਤੇ ਹੁਣ ਬੜੇ ਹੈਗੇ ਹੁਣ ਬੰਦਾ ਆਮਨੇ ਸਾਹਮਣੇ ਹੋਵੇ ਇੱਕ ਸਾਥ ਡੇਲੀਆ ਬਿਗੋਨੀਆ ਸੈਕਲਾ ਮੈਨ ਹੋ ਗਿਆ ਮੋਤੀ ਹੋ ਗਿਆ ਰਾਤ ਦੀ ਰਾਣੀ ਹੋ ਗਈ ਦਿਨ ਦੀ ਰਾਣੀ ਹਾਂਜੀ ਦਿਨ ਦੀ ਰਾਣੀ ਰਾਜ ਦਾ ਰਾਜਾ ਦਿਨ ਦੀ ਰਾਣੀ ਰਾਤ ਦਾ ਰਾਜਾ ਬਿਗੋਨੀਆ ਸਿਬਗੋਨੀਆ ਰੈਨ ਕੋਲਸ ਹੋ ਗਈ ਔਰ ਇਪਕੋਨਿਕਾ ਹੋ ਗਿਆ ਮੈਲੋਸਾਈਡ ਹੋ ਗਈ ਔਰ ਕੋਈ ਗਾਣਾ ਸ਼ਾਣਾ ਆਤਾ ਤੁਮ ਗਾਣਾ ਸ਼ਾਣਾ ਨਹੀਂ ਆ ਨਾ ਗਾਣਾ ਹੋਇਆ ਤੇ ਫਿਰ ਕੋਈ ਸੈੱਟ ਹੋਈ ਕੁੜੀ ਹਾਂ ਤੂੰ ਗਾ ਕੀ ਪਤਾ ਤੇਰਾ ਗਾਣਾ ਸੁਣ ਕੇ ਜਿਹੜਾ ਨਾ ਨਹੀਂ ਨਹੀਂ ਗਾਣਾ ਆਈ ਕੋਈ ਨਹੀਂ ਸ਼ੇਰ ਸੁਣਾ ਸ਼ੇਰ ਵੀ ਨਹੀਂ ਆ ਸਿੰਪਲ ਜੇ ਬੰਦੇ ਅਸੀਂ ਤੇ ਸਾਦੇ ਜੇ ਲੋਕ ਬਿਖਰੀ ਹੋਈ ਜ਼ੁਲਫੇ ਨਾਜ਼ਰੀਨ ਇਕਰਾਮ ਇਹ ਜਿਹੜੇ ਫੁੱਲ ਨੇ ਇਹ ਡਿਫਰੈਂਟ ਨੇ ਇਹਨਾਂ ਦਾ ਤਾਂ ਨਾਂ ਵੀ ਮੈਨੂੰ ਨਹੀਂ ਆਉਂਦੇ ਲੇਕਿਨ ਬਹੁਤ ਖੂਬਸੂਰਤ ਫੁੱਲ ਹੈ ਯਹਾਂ ਪਰ ਤੀਨ ਦਿਨ ਕੀ ਫੁੱਲੋਂ ਕੀ ਨੁਮਾਇਸ਼ ਜਾਰੀ ਹੈ अगर आप लोग भी फूलों का शौक रखते हैं और अपने घर को सजाना चाहते हैं ऑफिस को सजाना चाहते हैं तो यहाँ पर आए लिपगोनिया सिपगोनिया रात की रानी दिन का राजा और क्या सी मैं तो ना ही भूल गई सारे फुल इतने मौजूद रहे मैंने उम्मीद कर दी है कि तुम्हें प्रोग्राम पसंद आया होगा तो मेरे भरा ने भी बड़ी चंगी तो मजाइया गल करने की कोशिश की है वैसे यह की है गंढे है यह भी फुल जे ए उत्तर सिर वढ़िया होया इन्होंने असल ना जो मरालस मरालस अच्छा निके निके गंडे लगन दे राइस लीली राइस लीली ਇਹਨੂੰ ਬਈ ਡੈਫੋਡਿਲ ਕਿਹਾ ਜਾਂਦਾ ਜੀ ਉਹ ਜਿਹੜੀ ਨੌਵੀਂ ਦਸਵੀਂ ਇਹ ਉਹ ਕੀ ਉਹ ਜਿਹੜੀ ਛੱਪੜਾ ਝੋਲਕਦੇ ਉਹ ਡੈਫੋਡਿਲ ਛੱਪੜਾ ਜੇ ਨਹੀਂ ਹੋਗਦੇ ਬੜੀ ਮਹਿੰਗੀ ਹੈ ਇਹ ਖੁਦ ਇਹ ਉਰਦੂ ਚ ਕੀ ਕਹੀਦਾ ਵਾ ਡੈਫੋਡਿਲ ਤੇ ਇੰਗਲਿਸ਼ ਚ ਨਾ ਨਰਗਸ ਕਾ ਫੁੱਲ ਉਹ ਜਿਹੜੀ ਨਰਗਸ ਤੁਹਾਨੂੰ ਛੱਡ ਕੇ ਚਲੀ ਗਈ ਜੀ ਉਹਦੇ ਫੁੱਲ ਆ ਜੇ ਇਹਦੇ ਚਰੇ ਦੀਆਂ ਤੇ ਲੱਤਾਂ ਵੀ ਮਰ ਗਈਆਂ ਅੱਛਾ ਨਾਜ਼ਰੀਨ ਇਕਰਾਮ ਵੱਡੀ ਗੱਲ ਜੀ ਅੱਜ ਤਾਂ ਮੈਂ ਨਰਗਸ ਦਾ ਫੁੱਲ ਵੀ ਲੱਭ ਕੇ ਲਿਆ ਜੇ ਨਰਗਸ ਵੀ ਹੁਣ ਲੱਭ ਹੀ ਜਾਣੀ ਹੈ ਨਗੋ ਤੂੰ ਕਿੱਥੇ ਹੈ ਹੁਣ ਆ ਜਾ ਬਸ ਤੇਰੀ ਮਿਹਰਬਾਨੀ ਆਪਣੀ ਮੇਜ਼ਬਾਨੀ ਇਕਰਾਮ ਨੂੰ ਦਵੋ ਇਜਾਜ਼ਤ ਅੱਲਾ ਨਿਗਹਬਾਨ